ਲੋਕਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਵੀ ਫਾੜਤੀਆਂ। ਜਿਹੜੇ ਲੋਕ ਇੰਨੇ ਦਿਨਾਂ ਦੀ ਮਿਹਨਤ ਕਰਕੇ ਆਪਣੀ ਫਾਈਲ ਤਿਆਰ ਕਰ ਰਹੇ ਆ, ਉਹ ਤੇ ਪਾਣੀ ਪਾ ਰਹੇ ਆ, ਉਹਨਾਂ ਦੀ ਫਾਈਲਾਂ ਤੋੜਦੇ ਤੁਸੀਂ ਦੇਖੋਗੇ ਨੀਚੇ ਕਾਗਜ਼ ਹੀ ਕਾਗਜ਼ ਹੋ ਸਕੇ। ਕਿਉਂ ਇਸ ਤਰ੍ਹਾਂ ਦੇ ਧੱਕਾ ਕਰ ਰਹੇ ਆ? ਤੁਸੀਂ ਦੇਖੋ ਉਹਨੇ ਫਾਈਲ ਤਿਆਰ ਕਰਾਈ ਹੈ ਔਰ ਉਹ ਸਿਰਫ ਸਹਿਮਤੀ ਸੀ। ਲੋਕ ਬਹੁਤ ਹੀ ਖੱਜਲ ਖਰਾਬ ਹੋ ਰਹੇ ਆ। ਟਾਈਮ ਇਹਨਾਂ ਨੇ 11 ਤੋਂ 3 ਵਜੇ ਦਾ ਰੱਖਿਆ, ਲੇਕਿਨ ਹਜੇ ਤੱਕ ਵੀ ਜਿਹੜੀਆਂ ਫਾਈਲਾਂ ਹੈ ਜਮ੍ਹਾਂ ਨਹੀਂ ਹੋ ਰਹੀਆਂ। ਲੇਡੀਜ਼ ਵਿਚਾਰੀਆਂ ਸਵੇਰ ਦੀਆਂ 8 ਵਜੇ ਦੀਆਂ, ਕੋਈ 5 ਵਜੇ ਦਾ ਆਇਆ ਹੋਇਆ, 4 ਵਜੇ ਦੇ ਆਏ ਹੋਏ। ਬਿਲਕੁਲ, ਦੇਖੋ ਮਾਹੌਲ ਬਹੁਤ ਹੀ ਖਰਾਬ ਹੈ। ਇੱਥੇ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਧੱਜੀਆਂ ਉੱਡ ਰਹੀ ਹੈ। ਤੁਸੀਂ ਦੇਖ ਸਕਦੇ ਹੋ ਹੁਣੇ ਕੁਛ ਟਾਈਮ ਪਹਿਲਾਂ ਹੀ ਇੱਥੇ ਗੋਲੀ ਵੀ ਚੱਲੀ ਹੈ, ਸਿਰ ਵੀ ਫਾੜੇ ਗਏ ਹੈ। ਲੋਕਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਵੀ ਫਾੜਤੀਆਂ। ਜਿਹੜੇ ਲੋਕ ਇੰਨੇ ਦਿਨਾਂ ਦੀ ਮਿਹਨਤ ਕਰਕੇ ਆਪਣੀ ਫਾਈਲ ਤਿਆਰ ਕਰ ਰਹੇ ਆ, ਉਹ ਤੇ ਪਾਣੀ ਪਾ ਰਹੇ ਹੈ, ਉਹਨਾਂ ਦੀ ਫਾਈਲਾਂ ਤੋੜਦੇ ਤੁਸੀਂ ਦੇਖੋਗੇ ਨੀਚੇ ਕਾਗਜ਼ ਹੀ ਕਾਗਜ਼ ਹੋ ਸਕੇ। ਕਿਉਂ ਇਸ ਤਰ੍ਹਾਂ ਦੇ ਧੱਕਾ ਕਰ ਰਹੇ ਆ? ਆ ਤੁਸੀਂ ਦੇਖੋ ਉਹਨੇ ਫਾਈਲ ਤਿਆਰ ਕਰਾਈ ਹੈ ਔਰ ਉਹ ਸਿਰਫ ਸਹਿਮਤੀ ਸੀ, ਇਹਦੀ ਫਾਈਲ ਫਾੜਤੀ। ਕਿਉਂ ਇਸ ਤਰ੍ਹਾਂ ਧੱਕਾਸ਼ਾਹੀ ਕਰ ਰਹੇ? ਕੀ ਲੋਕ ਜਿਹੜੇ ਹੈ ਉਹ ਇਹ ਜਿਹੜੀ ਨਾ ਇਨਸਾਫ਼ੀ ਉਹਨਾਂ ਨਾਲ ਕਰ ਰਹੇ ਆ? ਜੇ ਲੋਕੀ ਬਦਲਾਵ ਲੈ ਕੇ ਆਏ ਤੇ ਬਦਲਾਵ ਨੂੰ ਬਦਲ ਵੀ ਦੇਵਾਂਗੇ। ਆਪਾਂ ਜੇ ਇਲੈਕਸ਼ਨ ਲੜ ਰਹੇ ਹਾਂ, ਤੁਸੀਂ ਕਿਉਂ ਨਹੀਂ ਲੋਕਾਂ ਦੀ ਰਜ਼ਾਮੰਦੀ ਨਾਲ ਸਰਪੰਚ ਬਣਾ ਰਹੇ? ਧੱਕੇਸ਼ਾਹੀ ਨਾਲ ਕੀ ਹੋਊਗਾ? ਕਿੰਨੀ ਦੇਰ ਤੁਸੀਂ ਧੱਕਾ ਕਰੋਗੇ? ਉਹ ਦਿਨ ਗਿਆ ਜਾਂ ਲੋਕ ਚੁੱਪ ਰਹਿੰਦੇ ਸੀ, ਲੋਕ ਆਵਾਜ਼ ਉਠਾਵਾਂਗੇ। ਅੱਜ ਸਾਡੀ ਇੱਥੇ ਲੇਡੀਜ਼ ਜਿਹੜੀਆਂ ਤੁਸੀਂ ਦੇਖੋ ਲਾਈਨ ਦੇ ਵਿੱਚ ਲੱਗੀਆਂ ਹੋਈਆਂ, ਇੱਕ ਲੇਡੀ ਦੇ ਸੱਟ ਵੱਜੀ ਹੈ। ਕਿੰਨਾ ਗਲਤ ਹੋ ਰਿਹਾ! ਆਪਾਂ ਫਾਈਲਾਂ ਜੇ ਜਮ੍ਹਾਂ ਕਰਾਣੀ ਹੈ, ਕਿਉਂ ਨਹੀਂ ਆਪਾਂ ਲਾਈਨਾਂ ਦੇ ਵਿੱਚ ਲੱਗ ਰਹੇ? ਕਿਉਂ ਦੂਜੀ ਪਾਰਟੀ ਝਾੜੂ ਦੀਆਂ ਜਿਹੜੀਆਂ ਫਾਈਲਾਂ ਹੈ ਰਾਤੋਂ ਰਾਤ ਜਮ੍ਹਾਂ ਹੋ ਗਈਆਂ, ਕਿਉਂ ਬਾਕੀ ਪਾਰਟੀ ਦੀਆਂ ਨਹੀਂ ਹੋ ਰਹੀਆਂ? ਇਹ ਚੀਜ਼ਾਂ ਬਹੁਤ ਗਲਤ ਹੈ। ਤੁਸੀਂ ਦੇਖੋ ਹਾਲ ਬਹੁਤ ਖਰਾਬ ਹੈ, ਲੋਕ ਬਹੁਤ ਹੀ ਖੱਜਲ ਖਰਾਬ ਹੋ ਰਹੇ ਆ। ਟਾਈਮ ਇਹਨਾਂ ਨੇ 11 ਤੋਂ 3 ਵਜੇ ਦਾ ਰੱਖਿਆ, ਲੇਕਿਨ ਹਜੇ ਤੱਕ ਵੀ ਜਿਹੜੀਆਂ ਫਾਈਲਾਂ ਹੈ ਜਮ੍ਹਾਂ ਨਹੀਂ ਹੋ ਰਹੀਆਂ। ਲੇਡੀਜ਼ ਵਿਚਾਰੀਆਂ ਸਵੇਰ ਦੀਆਂ 8 ਵਜੇ ਦੀਆਂ, ਕੋਈ 5 ਵਜੇ ਦਾ ਆਇਆ ਹੋਇਆ, 4 ਵਜੇ ਦੇ ਆਏ ਹੋਏ। ਕਿਉਂ ਆਪਣੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਆ? ਬਿਲਕੁਲ, ਮੈਂ ਸਵੇਰੇ SSP ਸਾਹਿਬ ਨਾਲ ਵੀ ਗੱਲ ਕੀਤੀ ਸੀ, ਮੈਂ DC ਸਰ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਬਹੁਤ ਧਿਆਨ ਦਿਓ, ਕਿਉਂਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਉਹਨਾਂ ਨੂੰ ਵੀ ਕਿ ਜਿਹੜਾ ਉਹਨਾਂ ਦੇ ਲੋਕਾਂ ਦੇ ਨਾਲ ਸਹਿਮਤੀ ਰੱਖਣ। ਲੇਕਿਨ ਲੋਕ ਜਿਹੜੇ ਚੁੱਪ ਨਹੀਂ ਕਰਾਂਗੇ, ਜੇ ਉਹਨਾਂ ਨਾਲ ਧੱਕਾਸ਼ਾਹੀ ਹੋਊਗੀ ਉਹ ਲੋਕ ਜ਼ਰੂਰ ਆਵਾਜ਼ ਉਠਾਉਂਗੇ। ਤੁਸੀਂ ਹਜੇ ਇੱਕ ਦਿਨ ਬਾਅਦ ਦੇਖਿਓ ਜਿਹੜੇ ਸਰਪੰਚ ਦੂਸਰੀ ਪਾਰਟੀਆਂ ਦੇ ਜਿੱਤ ਰਹੇ ਹੈ ਉਹਨਾਂ ਦੀਆਂ ਫਾਈਲਾਂ ਕੈਂਸਲ ਹੋਣੀ ਹੈ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੇ ਆਪਣੀ ਲਿਸਟ ਤਿਆਰ ਕੀਤੀ ਹੋਈ ਹੈ ਕਿ ਕਿਹੜੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ। ਇਸ ਤਰ੍ਹਾਂ ਦੀਆਂ ਜਿਹੜੀਆਂ ਧੱਕੇਸ਼ਾਹੀ ਹੈ ਬਹੁਤ ਹੀ ਗਲਤ ਹੈ। ਪੰਜਾਬ ਦਾ ਜਿਹੜੇ ਹਾਲਾਤ ਹੈ ਅੱਗੇ ਹੀ ਬਹੁਤ ਖਰਾਬ ਹੋ ਚੁੱਕੇ ਹੈ। ਮੈਂ ਰਿਕੁਐਸਟ ਕਰੂੰਗੀ ਝਾੜੂ ਦੀ ਸਰਕਾਰ ਨੂੰ ਕਿ ਆਪਣੇ ਪੰਜਾਬ ਤੇ ਤਰਸ ਕਰਨ ਔਰ ਅਮਨ ਸ਼ਾਂਤੀ ਰੱਖਣ।